नाभा शहर के स्वर्गत आम तुही रोड विखे प्रधान प्रमोद जिंदल की अगवाई हेठ एक समागम आयोजन किया गया, जिस विच पंजाब दे कैबिनेट मंत्री साधु सिंह धर्मसोत ने विशेष तौर पर शिरकत की। इस मौके साधु सिंह धर्मसोत ने प्रेस नाल गलबात करदे कहा कि अज शमशान घाट के शहर लई 5 लाख रुपए का चैक दिता गया है। दस्सिया कि धार्मिक ते समाजिक संस्थावां डिवेलपमेंट फंड विच कोई समस्या नहीं होने दी जाएगी। इन्हां कलोनियां नूं ह्यूमन राइट क्यों नहीं मिल रहे? ना तो इत्थे कोई MC है अते ना ही कोई सरपंच है, यानी कि ना पिंडां दे विच हन अते ना ही शहर के। मंत्री साहब ने कहा कि इतने लोगों ने अपनी मर्जी के प्लाट ले हुए हैं, पर नाभा की हर कलोनी की सड़क साडे वालों बनाईया जाएंगी। जो पत्रकारों वालों पूछा गया कि सुखबीर बादल उन्होंने किराओ कारण नाभा रहे हैं, तो सुखबीर बादल के चुटकी लेंदे मजाकिया अंदाज के उन्होंने कहा कि उसनू चाह में मलाई पा के सेवा करांगे, हाथ का इशारा करते हुए कहा कि जेकर उसके मुताबिक कोई होर समान की जरूरत होगी तो वह भी दिता जाएगा। इस मौके स्वर्गत आम के प्रबंधक प्रमोद जिंदल ने कहा कि असी स्वर्गत आम वालों ਅਤੇ ਸ਼ੇ ਮੰਦਰ ਸੁਧਾਰ ਕਮੇਟੀ ਵੱਲੋਂ ਮੰਤਰੀ ਧਰਮਸੋਤ ਦਾ ਧੰਨਵਾਦ ਕਰਦੇ ਹਾਂ। ਦੱਸਿਆ ਕਿ ਇੱਥੇ ਦਾਨੀ ਸੱਜਣਾ ਵੱਲੋਂ ਪਹਿਲਾਂ ਇੱਕ ਫਿਊਨਰਲ ਵੈਨ ਮੁਫਤ ਸੇਵਾ ਵਿੱਚ ਚਲਾਈ ਜਾ ਰਹੀ ਹੈ। ਇੱਥੇ ਜਿੱਥੇ ਵੀ ਲੋੜ ਆ ਪੈਸਿਆਂ ਦੀ, ਜਿਵੇਂ ਸ਼ਮਸ਼ਾਨ ਘਾਟ ਸ਼ੈੱਡ ਦੀ ਲੋੜ ਆ, ਇੱਥੇ 5 ਲੱਖ ਰੁਪਏ ਦੇ ਕੇ ਚੱਲੇ। ਹੋਰ ਇੱਕ ਜਗ੍ਹਾ ਮੰਦਰ ਦੇ ਨਾਲ ਉਹਨਾਂ ਦਾ ਹਾਲ ਕਬਰਾ ਬਣਨ ਵਾਲਾ, ਉਹਦੇ ਵਾਸਤੇ 2 ਲੱਖ ਰੁਪਏ ਦੇਣ। ਇਹ ਸਾਰੇ ਸ਼ਹਿਰ ਦੇ ਵਿੱਚ ਅਸੀਂ ਡਿਵੈਲਪਮੈਂਟ ਦੇ ਫੰਡ ਅਸੀਂ ਦੇ ਰਹੇ ਹਾਂ। ਜਿਹੜਾ RDF ਦਾ ਫੰਡ ਰੋਕਿਆ ਜੀ ਕੇਂਦਰ ਨੇ, ਉਹਦੇ ਬਾਰੇ ਕੀ ਕਹਿਣਾ? ਉਹ ਮਾੜਾ, ਬਹੁਤ ਮਾੜਾ ਕੀਤਾ ਅੱਜ ਪਲਾਟ ਵੇਚ ਕੇ ਫਟਾਫਟ ਰਾਹ ਪੈ ਗਏ, ਜਿੱਥੇ ਜਿੱਥੇ ਜਿਹਦਾ ਜੀ ਕਰਿਆ ਲੋਕਾਂ ਨੇ ਘਰ ਪਾ ਲਏ, ਠੀਕ ਹੈ ਨਾ। ਇਹ ਤਾਂ ਅਸੀਂ ਵੀੜਾ ਚੁੱਕਿਆ, ਇਹ ਸਾਰੀਆਂ ਸੜਕਾਂ ਤੇ ਸਾਰਾ ਕੁਝ ਮੈਂ ਬਣਾਉਣਾ। ਕੋਠੀ ਦਾ ਆ ਜੇ, ਚਾਹ ਵਧੀਆ ਬਣਾ ਕੇ ਮਲਾਈ ਪਾ ਕੇ ਦੇ ਦੂੰਗਾ, ਜੇ ਉਹਦੇ ਅੰਦਰ ਮਖਤਾਵ ਕੋਈ ਹੋਰ ਸਮਾਨ ਚਾਹੀਦਾ ਉਹ ਵੀ ਦੇ ਦਾਂਗੇ। ਸਰਦਾਰ ਸਾਧੂ ਸਿੰਘ ਜੀ ਧਰਮਸੋਤ ਸਾਡੇ ਸ਼ਮਸ਼ਾਨ ਘਾਟ ਕਮੇਟੀ ਨੂੰ 5 ਲੱਖ ਰੁਪਈਆ ਦੇ ਕੇ ਗਏ ਨੇ। ਮੈਂ ਤਹਿ ਦਿਲੋਂ ਉਹਨਾਂ ਦਾ ਸ਼ਮਸ਼ਾਨ ਕਮੇਟੀ ਵੱਲੋਂ, ਕਾਲੀ ਮਾਤਾ ਮੰਦਰ ਵੱਲੋਂ ਜਿਸ ਦਾ ਮੈਂ ਪ੍ਰਧਾਨ ਹਾਂ, ਅਤੇ ਸਾਡੀ ਕਾਲੀ ਮਾਤਾ ਮੰਦਰ ਸ਼ਿਵ ਮੰਦਰ ਸੁਧਾਰ ਕਮੇਟੀ ਇਹਦਾ ਸੰਚਾਲਨ ਕਰਦੀ ਹੈ, ਮੈਂ ਆਪਣੀ ਮੰਦਰ ਕਮੇਟੀ ਵੱਲੋਂ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਸ ਤੋਂ ਪਹਿਲਾਂ ਮੰਤਰੀ ਜੀ ਨੇ ਸਾਨੂੰ 1 ਵਾਰੀ 3 ਲੱਖ ਰੁਪਈਆ ਅਤੇ 1 ਵਾਰ 5 ਲੱਖ ਰੁਪਈਆ ਦਿੱਤਾ ਸੀ। ਤੁਸੀਂ ਪਿੱਛੇ ਦੇਖਿਓ ਸ਼ੈੱਡ ਸਾਡੇ, ਅਸੀਂ ਬਹੁਤ ਵਧੀਆ ਸ਼ੈੱਡ ਬਣਾਇਆ, ਉਹ 'ਚ ਬੈਠਣ ਦੀ ਵਿਵਸਥਾ ਲੇਡੀਜ਼ ਦੀ ਬਹੁਤ ਵਧੀਆ ਬਣਾਈ ਆ। ਉਹ ਥੋੜ੍ਹਾ ਜਿਹਾ ਕੰਮ ਸਾਡਾ ਅਧੂਰਾ ਪਿਆ ਸੀ, ਜਦੋਂ ਪਿਛਲੀ ਵਾਰੀ ਮੰਤਰੀ ਜੀ ਆਏ ਸੀ ਸਾਨੂੰ ਕਹਿ ਕੇ ਗਏ ਸੀ ਵੀ ਇਸ ਸ਼ੈੱਡ ਨੂੰ ਤੁਸੀਂ ਪੂਰਾ ਕਰੋ, ਮੈਥੋਂ ਜੋ ਹੋਰ ਗਰਾਂਟ ਦੀ ਲੋੜ ਆ ਮੈਂ ਤੁਹਾਨੂੰ ਹੋਰ ਦੇ ਦੂੰ। ਸਾਡੇ ਪ੍ਰਧਾਨ ਨਗਰ ਕੌਂਸਲ ਦੇ ਸ਼ੈਂਟੀ ਜੀ ਅਤੇ ਬਾਤੇ ਜੀ ਦੀ ਕਿਰਪਾ ਨਾਲ ਉਹਨਾਂ ਨੇ ਅੱਜ ਸਾਨੂੰ 5 ਲੱਖ ਰੁਪਈਆ ਹੋਰ ਦਵਾਤਾ। ਅਸੀਂ ਕੁਛ ਹੀ ਦਿਨਾਂ ਦੇ ਵਿੱਚ, ਮਤਲਬ ਅਸੀਂ ਉਹ ਸ਼ੈੱਡ ਨੂੰ ਕੰਪਲੀਟ ਕਰਾਂਗੇ, ਅਤੇ ਅਸੀਂ ਪਹਿਲਾਂ ਵੀ ਯੂਸੀਆਂ ਸਾਰੀਆਂ ਵੀਡੀਓ ਆਫਿਸ 'ਚ ਜਮ੍ਹਾਂ ਕਰਾਤੀਆਂ, ਇਹਦੀ ਵੀ ਯੂਸੀ ਅਸੀਂ ਨਾਲ ਦੀ ਨਾਲ, ਅਸੀਂ ਬਿਲਕੁਲ ਵੀ ਇੱਕ ਪੈਸਾ ਇੱਥੇ ਅਕਾਊਂਟ 'ਚ ਨਹੀਂ ਰੱਖਣਾ, ਅਸੀਂ ਨਾਲ ਦੀ ਨਾਲ ਖਰਚ ਕਰਾਂਗੇ ਅਤੇ ਅੱਗੇ ਮੰਤਰੀ ਤੋਂ ਹੋਰ ਕਰਾਂਗੇ, ਕਿਉਂਕਿ ਧਰਮ ਦਾ ਸਥਾਨ ਆ, ਸਾਰਿਆਂ ਦਾ ਸਾਂਝਾ ਸਥਾਨ ਆ, ਇੱਥੇ ਵੱਧ ਤੋਂ ਵੱਧ ਡਿਵੈਲਪਮੈਂਟ ਦੀ ਲੋੜ ਆ। ਉਹਨਾਂ ਨੇ ਇਹ ਵੀ ਕਿਹਾ ਸੀ, ਦੇਖੋ ਸ਼ਮਸ਼ਾਨ ਘਾਟ ਕਮੇਟੀ ਦੇ ਨਾਲ ਇੱਕ ਪਾਰਕ ਆ, ਦੇਖੋ ਬਹੁਤ ਵਧੀਆ, ਜੇ ਤੁਸੀਂ ਉੱਥੇ ਨਿਗਾਹ ਮਾਰੋ ਬਹੁਤ ਵਧੀਆ, ਅਸੀਂ ਪਾਰਕ ਨੂੰ ਮੇਨਟੇਨ ਕਰ ਰਹੇ ਹਾਂ, ਇਹ ਸਾਰਾ ਖਰਚਾ ਸ਼ਮਸ਼ਾਨ ਘਾਟ ਕਮੇਟੀ ਕਰਦੀ ਆ। ਅੱਗੇ ਸਾਡੇ ਕੋਲ ਫੰਡਾਂ ਦੀ ਘਾਟ ਸੀ, ਹੁਣ ਮੰਤਰੀ ਦੇ 8 ਲੱਖ ਆਉਣ ਨਾਲ ਅਤੇ ਹੋਰ ਲੋਕਾਂ ਦੀ ਦਾਨ ਪੁੰਨ ਦੀ ਵਿਵਸਥਾ ਵੱਧ ਗਈ, ਅਸੀਂ ਫਿਊਨਰ ਬੈਨ ਚਲਾ ਰਹੇ ਹਾਂ ਇੱਕ ਬਿਲਕੁਲ ਫ੍ਰੀ ਸ਼ਹਿਰ 'ਚ, ਕੋਈ ਵੀ ਕਿਤੋਂ ਬੁਲਾਵੋ ਅਸੀਂ ਕੋਈ ਪੈਸਾ ਨਹੀਂ ਉਹਦਾ ਲੈਂਦੇ ਹੈਗੇ, ਉਹ ਵੀ ਦਾਨੀ ਸੱਜਣਾਂ ਦੀ ਕਿਰਪਾ ਨਾਲ ਹੀ ਹੁੰਦੀ ਆ। ਅਸੀਂ ਚਾਹੁੰਦੇ ਹਾਂ ਵੀ ਲੋਕਾਂ ਤੋਂ ਵੱਧ ਸਾਨੂੰ ਸਹਿਯੋਗ ਦਿੱਤਾ ਜਾਵੇ ਅਤੇ ਅਸੀਂ ਵੱਧ ਤੋਂ ਵੱਧ ਕੰਮ ਕਰ ਸਕੀਏ। ਆਵਾਜ਼ੀ ਕੰਮ TV ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।